ਮਾਛੀਵਾੜਾ ਸਾਹਿਬ ਦੇ ਚੋਪੜਾ ਪਬਲਿਕ ਸਕੂਲ ਦੇ 17 ਸਾਲਾ ਸੁਖਵਿੰਦਰ ਸਿੰਘ ਨਾਮ ਦੇ ਮੁੰਡੇ ਨੇ ਓਪਨ ਚੈਂਪੀਅਨਸ਼ਿਪ ਆਫ ਏਸ਼ੀਆ ਪਾਵਰ ਲਿਫਟਿੰਗ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਸਕੂਲ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਚੈਂਪੀਅਨ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਆਪਣੇ ਪੁੱਤ ਉੱਪਰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। अंबेडकर मिशन न्यूज़ चैनल देखते सारे दर्शकों का तह दिलों धन्यवाद। अंबेडकर मिशन न्यूज़ चैनल हिम्मत सच दिखाने की अज असी पहुँचे हैं मछवाड़ा साहब जिथे के चोपड़ा पब्लिक स्कूल दे एक स्टूडेंट वालों एशिया चैंपियनशिप वेट लिफ्टिंग विच गोल्ड मैडल जीत के इलाके का नाम रोशन किया गया। तो साढ़े नाल उन्हां दा परिवार मैंबर भी ने, प्रधान भी ने, तो उन्हां दे कोच जी भी ने। असी उन्हां सारे नाल गलबात करांगे भी वह की कहना चाहते हैं। हाँ जी सर, की नाम जी तुहाडा? सुखविंदर सिंह। तुसीं गोल्ड मैडल जीत के लेके आए हो, की कहना चाहोगे ये बारे? बस मैं सारे नूं इक्को ही आ कि सारे अपने स्पोर्ट्स कन्नी ध्यान दो, पढ़ाई कन्नी भी दो। जिहड़ा दोनों साइड मतलब वधिया करूगा उही अगले सक्सैसफुल हो सकदा, क्योंकि इक्को साइड करन ते कुछ भी वह नहीं होना, दोनों पास बंदा अपना रखे। किहड़े शहर विच इह होई सी चैंपियनशिप? एशिया इलेवन हुई सी रशिया। रशिया दे विच किन्ने किलो वेट दा सीगा इह? डेड मैं 82 कैटेगरी दे विच मैं डेड लिफ्ट लाई सीगी 180 ते बेंच लाई सी 113। ते साढ़े नाल सुखविंदर सिंह जी दे कोच भी ने, असी उन्हां नाल भी गलबात करदे आं भी वह की कहना चाहते हैं। हाँ जी सर। हेलो, सत श्री अकाल जी सारयां नूं। ते भी जी बहुत वधिया मुंडा, ते बहुत जंग इच एड्डी वड्डी अचीवमेंट आ, ये साढ़े सारे एरिया ते साढ़े मछवाड़ा साहब लई स्पैशली बहुत वड्डी कामयाबी आ। ते मैं तां यही कहना चाहूँगा कि वर्ल्ड लई सिलेक्ट हो चुके आ, ते वर्ल्ड चों भी गोल्ड मैडल जित के लिआवे। ते साढ़े नाल उन्हां दे फादर साहब भी ने, असीं उन्हां नाल भी गलबात करदे आ भी वह की कहना चाहते हैं। हाँ जी सर। सानू बहुत खुशी है जी, साडा बच्चा बेटा गोल्ड मैडल जित के लिआया। असीं कहिंदे आ होरां दे बच्चे भी जिहड़े जित के लिआण, जित्तण, खेडण, ते नाले बच्चे नशियां तों दूर रहिण, खेडां वल करन। सरकार नूं भी चाहीदा भी इहनां बच्चिआं नूं माड़ा जिहा मोटीवेट करे भी होर बच्चे भी इहनां नूं देख के अगे खेडां वल उत्साहित होण। पंजाब सरकार दा तुसीं की अपील करदे हो? भी बच्चे नूं कितें सरकारी अकैडमी च कितें एडजस्ट किया जाए, भी सरकार अगे तो इहदा बाहर जाण दा जां जो भी माड़ा मोटा खर्चा पाणी चक लवे। ते ਇਹ ਸਨ ਉਹਨਾਂ ਦੇ ਫਾਦਰ ਸਾਹਿਬ, ਅਤੇ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਜੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਦੇ ਮਛਵਾੜਾ ਸ਼ਹਿਰ ਦੇ ਵਿੱਚੋਂ ਗੋਲਡ ਮੈਡਲ ਆਇਆ ਉਹਨਾਂ ਦੇ ਖਾਤੇ ਦੇ ਵਿੱਚ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਸਰ। ਸਭ ਤੋਂ ਪਹਿਲਾਂ ਤਾਂ ਮੈਂ ਸਾਹ ਸੁਖਮਿੰਦਰ ਸਿੰਘ ਜੀ ਨੇ ਕਿ ਐਡਾ ਵੱਡਾ ਮਤਲਬ ਮਾਰਕਾ ਸਾਡੇ ਹਿੰਦੁਸਤਾਨ ਲਈ, ਪੰਜਾਬ ਲਈ ਔਰ ਮਾਛੀਵਾੜੇ ਦੇ ਲਈ ਮਾਰਿਆ। ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਪਰਿਵਾਰ ਨੂੰ ਔਰ ਸੁਖਮਿੰਦਰ ਸਿੰਘ ਨੂੰ, ਸਪੈਸ਼ਲੀ ਸਰ ਈਸ਼ਰ ਸਿੰਘ ਜਿਨ੍ਹਾਂ ਦਾ ਇਹ ਪੁੱਤਰ ਆ ਔਰ ਬਹੁਤ ਹੀ ਨੇਕ ਇਨਸਾਨ ਨੇ, ਉਹਨਾਂ ਨੂੰ ਆਪਣੀ ਤਰਫੋਂ ਲੱਖ ਲੱਖ ਵਧਾਈ ਦਿੰਦਾ। ਔਰ ਆਸ ਕਰਦਾ ਕਿ ਜਿਸ ਤਰ੍ਹਾਂ ਇਹ ਬੇਟੇ ਨੇ ਤਰੱਕੀ ਕੀਤੀ ਆ ਔਰ ਅੱਗੇ ਵੀ ਇਸ ਤਰੀਕੇ ਦੇ ਨਾਲ ਤਰੱਕੀਆਂ ਕਰਦਾ ਰਹੇ, ਤਾਂ ਕਿ ਇਹ ਇੰਸਪਾਇਰ ਹੋ ਕੇ ਬਾਕੀ ਲੋਕ ਵੀ, ਬਾਕੀ ਬੱਚੇ ਵੀ ਸਾਡੇ ਇਹ ਤੋਂ ਸਿੱਖਿਆ ਲੈ ਕੇ ਇਸੇ ਤਰੀਕੇ ਦੇ ਨਾਲ, ਕਿਉਂਕਿ ਅੱਜ ਸਮੇਂ ਦੀ ਲੋੜ ਆ। ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਮਾੜਾ ਹਾਲ ਆ, ਬੱਚੇ ਬਹੁਤ ਕੁਰਾਹੇ ਪੈ ਚੁੱਕੇ ਆ। ਇਹ ਸਾਡੇ ਰੋਲ ਮਾਡਲ ਬੱਚੇ ਬਣ ਜਾਣਗੇ ਔਰ ਇਹਨਾਂ ਤੋਂ ਸਿੱਖਿਆ ਲੈ ਕੇ ਉਹ ਬੱਚੇ ਵੀ ਇਸੇ ਤਰੀਕੇ ਨਾਲ ਤਰੱਕੀਆਂ 'ਤੇ ਚੱਲ ਕੇ ਕਰਨਗੇ। ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਂਦਾ ਆਪਣੀ ਤਰਫੋਂ ਔਰ ਆਪਣੀ ਕਾਂਗਰਸ ਪਾਰਟੀ ਦੀ ਤਰਫੋਂ ਕਿ ਸਰਕਾਰ ਦੇ ਤਰਫੋਂ ਜੋ ਵੀ ਮਦਦ ਹੋ ਸਕੇਗੀ ਔਰ ਜਿਸ ਵੀ ਅਕੈਡਮੀ ਦੇ ਵਿੱਚ ਇਹਨਾਂ ਨੂੰ ਲੋੜ ਪਊਗੀ, ਮੈਂ ਇਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਂਦਾ ਕਿ ਹਰ ਤਰ੍ਹਾਂ ਦੇ ਨਾਲ ਜਿੱਥੇ ਵੀ ਕਹਿਣਗੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਊਗੀ। ਆਸ ਕਰਾਂਗੇ ਕਿ ਬੱਚਾ ਅੱਗੇ ਹੋਰ ਵਧੇ ਔਰ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਹੋਵੇ ਔਰ ਸਾਡੇ ਬੱਚਿਆਂ ਨੂੰ ਵੀ ਇਸ ਤੋਂ ਸਿੱਖਿਆ ਮਿਲ ਸਕੇ। ਅਤੇ ਸਾਡੇ ਨਾਲ ਪੱਤਰਕਾਰ ਗੁਰਮੁਖ ਦੀ ਵੀ ਨੇ ਜੋ ਪੰਜਾਬੀ ਸੱਭਿਆਚਾਰ ਦੇ ਡਾਇਰੈਕਟਰ ਨੇ, ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹ ਇਹਨਾਂ ਦੇ ਪਰਿਵਾਰ ਬਾਰੇ ਅਤੇ ਇਹਨਾਂ ਬੇਟੇ ਬਾਰੇ ਕੀ ਕਹਿਣਾ ਚਾਹੁੰਦੇ ਨੇ। ਰਸ਼ੀਆ ਦੇ ਸ਼ਹਿਰ ਚੈਲੀਆਬਿੰਸਕ ਵਿੱਚ ਵਰਲਡ ਪਾਵਰ ਲਿਫਟਿੰਗ ਏਸ਼ੀਆ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੇ ਵਿੱਚ ਚੋਪੜਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਗਗਨ ਚੋਪੜਾ ਜੀ ਦੀ ਨਿਰਦੇਸ਼ਨਾ ਥੱਲੇ ਉੱਥੋਂ ਦੇ 16-17 ਸਾਲ ਦੇ ਨੌਜਵਾਨ ਗੱਭਰੂ ਸੁਖਵਿੰਦਰ ਸਿੰਘ ਨੇ ਉਸ ਚੈਂਪੀਅਨਸ਼ਿਪ ਵਿੱਚ 16-17 ਸਾਲ ਦੇ ਵਰਗ ਦੇ ਵਿੱਚ ਬੈਂਚ ਪ੍ਰੈਸ ਅਤੇ ਡੈਡ ਲਿਮਿਟ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਦੋਵਾਂ ਵਰਗਾਂ ਦੇ ਵਿੱਚੋਂ 2 ਗੋਲਡ ਮੈਡਲ ਅਤੇ ਸਰਟੀਫਿਕੇਟ ਜਿੱਤ ਕੇ ਸਾਡੇ ਮਾਛੀਵਾੜਾ ਸਾਹਿਬ ਦਾ ਨਾਂ ਰੋਸ਼ਨ ਕੀਤਾ ਹੈ।
ਇਹ ਗੱਭਰੂ ਮਾਛੀਵਾੜਾ ਸਾਹਿਬ ਵਿੱਚ ਧਰਤੀ ਦੇ ਵਿੱਚ ਬੋਰ ਕਰਨ ਦੀ ਕੰਮ ਸ਼ੁਰੂ ਕਰਨ ਵਾਲੇ ਈਸ਼ਰ ਸਿੰਘ ਦੇ ਪੋਤਰੇ ਔਰ ਜਤਿੰਦਰਪਾਲ ਸਿੰਘ ਦੇ ਬੇਟੇ ਅਤੇ ਜਗਜੀਤ ਸਿੰਘ ਕਾਕਾ ਦੇ ਭਤੀਜੇ ਅਤੇ ਉਹਨਾਂ ਦੀ ਜਿਹੜੀ ਭੈਣ ਆ ਦੰਦਾਂ ਦੀ ਸਰਜਨ ਆ ਡੈਂਟਲ ਸਰਜਨ ਡਾਕਟਰ ਹਰਸਿਮਰਨ ਕੌਰ ਉਹਦੇ ਭਰਾ ਵੱਲੋਂ ਇਹ ਜਿਹੜਾ ਮਾਰਕਾ ਮਾਰਿਆ ਗਿਆ ਇਹ ਬਹੁਤ ਹੀ ਮਾਛੀਵਾੜਾ ਸ਼ਹਿਰ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਦਸੰਬਰ ਦੇ ਵਿੱਚ ਜਿਹੜੀ ਵਰਲਡ ਚੈਂਪੀਅਨਸ਼ਿਪ ਹੋ ਰਹੀ ਆ ਪਾਵਰ ਲਿਫਟਿੰਗ ਦੀ ਉਹ ਮਾਸਕੋ ਦੇ ਵਿੱਚ ਹੋ ਰਹੀ ਹੈ ਜਿਸ ਦੇ ਵਿੱਚ ਇਹ ਗੱਭਰੂ ਸੁਖਵਿੰਦਰ ਸਿੰਘ ਆਪਣੇ ਕੋਚ ਹਰਪ੍ਰੀਤ ਸਿੰਘ ਦੀ ਨਿਰਦੇਸ਼ਨਾ ਹੇਠ ਅਤੇ ਵਰਲਡ ਡਬਲਿਊ ਜਿਹੜੀ ਪਾਵਰ ਲਿਫਟਿੰਗ ਸਿੰਘ ਇੰਡੀਆ ਦੀ ਚੈਂਪੀਅਨਸ਼ਿਪ ਆ ਉਹਦੇ ਪ੍ਰਧਾਨ ਦਲਜੀਤ ਸਿੰਘ ਅਤੇ ਪੰਜਾਬ ਜਿਹੜੇ ਲੈਵਲ ਦੇ ਸੈਕਟਰੀ ਨੇ ਵਿਕਾਸਦੀਪ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮਾਸਕੋ ਦੇ ਵਿੱਚੋਂ ਜਿਹੜਾ ਹੈਗਾ ਹੋਰ ਵੀ ਤਰੱਕੀਆਂ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤ ਕੇ ਮਾਛੀਵਾੜੇ ਦਾ ਨਾਂ ਰੌਸ਼ਨ ਕਰ ਰਿਹਾ ਹੈ। ਅਸੀਂ ਇਹਨਾਂ ਦਾ ਸਾਰਾ ਮਾਛੀਵਾੜਾ ਸਾਹਿਬ ਵੱਲੋਂ ਬਹੁਤ ਬਹੁਤ ਇਹਨੂੰ ਮੁਬਾਰਕਾਂ ਦਿੰਦੇ ਹਾਂ ਅਤੇ ਇਹਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਹਾਂ ਇਹਨੂੰ ਤਰੱਕੀਆਂ ਅਤੇ ਬੁਲੰਦੀਆਂ 'ਤੇ ਦੇਖਣਾ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੀ ਟੀਮ ਅੱਜ ਤੁਹਾਡੇ ਮਾਛੀਵਾੜਾ ਵਿੱਚ ਪਹੁੰਚੀ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਜਿਹੜਾ ਉਹ ਹਮੇਸ਼ਾ ਹੀ ਗਰੀਬ ਵਰਗਾਂ ਲਈ ਦਲਿਤ ਵਰਗਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਂਦਾ ਹੈ। ਅਸੀਂ ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਇਸ ਚੈਨਲ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਇਹ ਹੋਰ ਗਰੀਬਾਂ ਦੇ ਦੁੱਖ ਦਰਦ ਲੋਕਾਂ ਤੱਕ ਪਹੁੰਚਾਉਂਦਾ ਉੱਥੇ ਇਹਨਾਂ ਗੱਭਰੂਆਂ ਨੂੰ ਜਿਹੜੇ ਸਪੋਰਟਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਤਸ਼ਾਹਿਤ ਕਰਨ ਦੀ ਬੇਨਤੀ ਕਰਦੇ ਹਾਂ। ਇਸੇ ਦੇ ਨਾਲ ਹੀ ਅਸੀਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੀ ਟੀਮ ਵੀ ਅਸੀਂ ਵੀ ਇਹਨਾਂ ਨੂੰ ਵਧਾਈ ਦਿੰਦੇ ਹਾਂ। ਮੈਂ ਸੁੱਚਾ ਸਿੰਘ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਤੋਂ ਕੈਮਰਾਮੈਨ ਰਮੇਸ਼ ਕੁਮਾਰ ਦੇ ਨਾਲ ਮਾਛੀਵਾੜਾ ਸਾਹਿਬ।